ਭਾਜੀ ਗਿਲਟੀ ਵੀ ਦੀ ਟੀਮ ਅੱਜ ਪਹੁੰਚੀ ਹੈ ਸੰਬੜਿਆਲ ਤੇ ਸੰਬੜਿਆਲ ਤੁਹਾਨੂੰ ਅਸੀਂ ਜਿਹੜਾ ਰੇਲਵੇ ਸਟੇਸ਼ਨ ਹੈਗਾ ਉਹ ਵਿਜ਼ਿਟ ਕਰਵਾਵਾਂਗੇ ਕਿ ਜਿਹੜੇ ਲੋਕ ਇੱਥੇ ਜ਼ਿੰਦਗੀ ਗੁਜ਼ਾਰ ਕੇ ਗਏ ਨੇ ਉਹ ਯਕੀਨਨ ਇਸ ਚੀਜ਼ ਨੂੰ ਬੜਾ ਦੇਖ ਕੇ ਖੁਸ਼ ਹੋਣਗੇ। ਇਹ ਦੇਖੋ ਇਹ ਉਹ ਵਾਲੀਆਂ ਲਾਈਨਾਂ ਨੇ ਕਿ ਜਿਹੜੀਆਂ ਉੱਗੋ ਕੀ ਵਾਲੀ ਸਾਈਡ 'ਤੇ ਉੱਗੋ ਕੀ ਸਿਆਲਕੋਟ ਵਾਲੀ ਸਾਈਡ 'ਤੇ ਜਾ ਰਹੀਆਂ ਨੇ। ਉਸ ਤੋਂ ਬਾਅਦ ਤੁਹਾਨੂੰ ਦੂਸਰੀ ਸਾਈਡ ਵਿਜ਼ਿਟ ਕਰਵਾਉਂਦੇ ਹਾਂ। ਇਹ ਵਾਲੀ ਸਾਈਡ ਜਿਹੜੀ ਹੈ ਅੱਗੇ ਬੇਗੋ ਵਾਲੇ ਨੂੰ ਜਿਹੜਾ ਇਹ ਵਾਲਾ ਟਰੈਕ ਜਿਹੜਾ ਉਹ ਜਾ ਰਿਹਾ ਅਤੇ ਇਹ ਤੁਹਾਨੂੰ ਅਸੀਂ ਪੁਰਾਣਾ ਵਾਲਾ ਰੇਲਵੇ ਸਟੇਸ਼ਨ ਵਿਜ਼ਿਟ ਕਰਵਾ ਰਹੇ ਹਾਂ ਜਿਹੜਾ ਕਿ ਅੰਗਰੇਜ਼ਾਂ ਦੇ ਦੌਰ ਦਾ ਹੈਗਾ ਅਤੇ ਯਕੀਨਨ ਜਿਹੜੇ ਲੋਕ ਇੱਥੇ ਜ਼ਿੰਦਗੀ ਗੁਜ਼ਾਰ ਕੇ ਗਏ ਨੇ ਉਹ ਜਦੋਂ ਇਹ ਜਗ੍ਹਾ ਨੂੰ ਦੇਖਣਗੇ ਅਤੇ ਉਹਨਾਂ ਦੀਆਂ ਪੁਰਾਣੀਆਂ ਯਾਦਾਂ ਜਿਹੜੀਆਂ ਨੇ ਉਹ ਫਿਰ ਤੋਂ ਤਾਜ਼ਾ ਹੋ ਜਾਣਗੀਆਂ। ਅਤੇ ਯਕੀਨਨ ਉਹਨਾਂ ਦੇ ਜਿਹੜੇ ਉਹਨਾਂ ਦੀ ਜਿਹੜੀ ਔਲਾਦ ਹੈ ਉਹ ਵੀ ਜਦੋਂ ਦੇਖਣਗੇ ਤਾਂ ਉਹ ਕਹਿਣਗੇ ਸਾਡੇ ਵੱਡਿਆਂ ਨੇ ਜਿਹੜਾ ਉਹ ਇਸ ਜਗ੍ਹਾ 'ਤੇ ਜਿਹੜਾ ਉਹ ਜ਼ਿੰਦਗੀ ਗੁਜ਼ਾਰੀ ਹੈ। ਔਰ ਮੋਸਟਲੀ ਲੋਕ ਉਦੋਂ ਜੰਮੂ ਜਾਣ ਵਾਸਤੇ ਇਹ ਵਾਲਾ ਸਟੇਸ਼ਨ ਜਿਹੜਾ ਉਹ ਇਸਤੇਮਾਲ ਕਰਦੇ ਸਨ। ਇਹ ਦੇਖੋ ਜੀ ਅਸੀਂ ਤੁਹਾਨੂੰ ਵਿਜ਼ਿਟ ਕਰਵਾ ਰਹੇ ਹਾਂ ਸੰਬੜਿਆਲ ਰੇਲਵੇ ਸਟੇਸ਼ਨ। ਇਹ ਦੇਖੋ ਇਹ ਉਹੀ ਪੁਰਾਣੇ ਕੁਆਟਰ ਬਣੇ ਹੋਏ ਨੇ ਜਿਹੜੇ ਕਿ ਬ੍ਰਿਟਿਸ਼ ਰਾਜ ਦੇ ਦੌਰ ਦੇ ਵਿੱਚ ਸਨ। ਇਹ ਦੇਖੋ ਇਹ ਪੁਰਾਣੇ ਮਕਾਨ ਹੈਗੇ ਨੇ ਜਿਹੜੇ ਕਿ ਤੁਹਾਨੂੰ ਅਸੀਂ ਵਿਜ਼ਿਟ ਕਰਵਾ ਰਹੇ ਹਾਂ। ਉਸ ਸਾਈਡ 'ਤੇ ਉਹ ਨਵਾਂ ਸੰਬੜਿਆਲ ਜਿਹੜਾ ਉਹ ਬਣ ਗਿਆ। ਪਰ ਇਹ ਦੇਖੋ ਇਹ ਦਰਵਾਜ਼ੇ ਵੀ ਜਿਹੜੇ ਨੇ ਉਸੇ ਦੌਰ ਦੇ ਹੈਗੇ ਨੇ। ਇਹ ਦੇਖੋ ਜੀ ਗੋਰਿਆਂ ਦੇ ਦੌਰ ਦੇ ਜਿਹੜਾ ਤੁਹਾਨੂੰ ਦਰਵਾਜ਼ੇ ਨਜ਼ਰ ਆ ਰਹੇ ਨੇ। ਇਹ ਦੇਖੋ ਜੀ ਸੰਬੜਿਆਲ ਦਾ ਰੇਲਵੇ ਸਟੇਸ਼ਨ ਹੈ ਜੀ ਜਿਹੜਾ ਕਿ ਤੁਹਾਨੂੰ ਅਸੀਂ ਵਿਜ਼ਿਟ ਕਰਵਾ ਰਹੇ ਹਾਂ। ਇਹ ਦੇਖੋ ਪੁਰਾਣੀਆਂ ਹੀ ਇਮਾਰਤ ਹੈਗੀ ਹੈ। ਇਹ ਦੇਖੋ ਜੀ ਇਹ ਟਰੈਕ ਹੈ ਕਿ ਜਿਹੜਾ ਅੱਗੇ ਬੇਗੋ ਵਾਲੇ ਵਜ਼ੀਰਾਬਾਦ ਸਾਈਡ 'ਤੇ ਜਾ ਰਿਹਾ। ਉਹਦੇ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਜੀ ਇਹ ਗੌਰਮੈਂਟ ਸਕੂਲ ਹੈਗਾ ਮਿਡਲ ਸਕੂਲ ਹੈ ਜਿਹੜਾ ਕਿ ਯਕੀਨਨ ਉਸ ਦੌਰ ਦੇ ਵਿੱਚ ਵੀ ਜਿਹੜਾ ਉਹ ਹੈਗਾ ਸੀ। ਜਿਹੜੇ ਲੋਕ ਇੱਥੇ ਜ਼ਿੰਦਗੀ ਗੁਜ਼ਾਰ ਕੇ ਗਏ ਨੇ ਉਹ ਯਕੀਨਨ ਜਦੋਂ ਵੇਖਣਗੇ ਉਹ ਦੇਖੋ ਜੀ ਉੱਪਰ ਲਿਖਿਆ ਹੋਇਆ ਕਿ 1892 ਦੇ ਵਿੱਚ ਜਿਹੜਾ ਉਹ ਇਹ ਸਕੂਲ ਬਣਿਆ ਸੀ। ਅਤੇ ਯਕੀਨਨ ਜਿਹੜੇ ਲੋਕ ਇੱਥੇ ਜ਼ਿੰਦਗੀ ਗੁਜ਼ਾਰ ਕੇ ਗਏ ਨੇ ਉਹ ਜਦੋਂ ਵੇਖਣਗੇ ਇਹਨੂੰ ਤਾਂ ਬੜਾ ਖੁਸ਼ ਹੋਣਗੇ। ਲਓ ਜੀ ਇਜਾਜ਼ਤ ਚਾਹੁੰਦੇ ਹਾਂ ਫਿਰ ਨਵੇਂ ਪ੍ਰੋਗਰਾਮ 'ਚ ਜਿਹੜਾ ਉਹ ਮੁਲਾਕਾਤ ਕਰਾਂਗੇ। ਰੱਬ ਰਾਖਾ।